ਕਾਲਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਆ ਸੁਮਨ ਪ੍ਰੇਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 4 ਜੂਨ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਐਮਸੀਕਿਊ ਹਰੇਕ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿਹੜਾ ਰਾਜ਼ ਐਡਵਾਂਸ ਸੈਲਰੀ ਸਕੀਮ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਹਾਂਜੀ ਪੂਰੇ ਦੇਸ਼ ਦੇ ਵਿੱਚ ਪਹਿਲਾ ਰਾਜ ਬਣਿਆ ਐਡਵਾਂਸਡ ਸੈਲਰੀ ਸਕੀਮ ਲਾਗੂ ਕਰਨ ਵਾਲਾ Rajasthan অপশন C ਇਸ ਦਾ রাইਟ ਆਨਸਰ ਹੁਣ ਰਾਜਸਥਾਨ ਬਣਿਆ ਇਸ ਜਿਹੜੀ ਸਕੀਮ ਆ ਸਰਕਾਰੀ ਕਰਮਚਾਰੀਆਂ ਦੇ ਲਈ ਸ਼ੁਰੂ ਕੀਤੀ ਗਈ ਆ ਕਿ ਸਰਕਾਰੀ ਕਰਮਚਾਰੀਆਂ ਨੂੰ ਅੱਧੀ ਤਨਖਾਹ ਐਡਵਾਂਸ ਦਿੱਤੀ ਜਾਵੇਗੀ ਤੇ ਅੱਧੀ ਮਹੀਨਾ ਪੂਰਾ ਹੋਣ ਤੇ ਬਾਅਦ ਦਿੱਤੀ ਜਾਵੇਗੀ ਠੀਕ ਹੈ ਤੇ ਇਸ ਤਰ੍ਹਾਂ ਕਰਨ ਵਾਲਾ ਪਹਿਲਾ ਰਾਜ ਬਣਿਆ ਪੂਰੇ ਦੇਸ਼ ਦਾ ਰਾਜਸਥਾਨ ਹੁਣ ਰਾਜਸਥਾਨ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਕੀ ਆ ਜੈਪੁਰ ਇਥੋਂ ਦੇ ਚੀਫ ਮਿੰისტਰ ਆ ਅਸ਼ੋਕ ਗਹਿਲੋਤ ਇਤੋਂ ਦੇ ਗਵਰਨਰ ਹਨ ਕਲਰਾਜ ਮਿਸਰਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਰਾਜਸਥਾਨ ਦੇ ਬਾਰੇ ਹਾਂਜੀ ਜੇਕਰ ਅਸੀਂ ਰਾਜਸਥਾਨ ਦੇ ਵਿੱਚ ਨੈਸ਼ਨਲ ਪਾਰਕ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ ਕਿਉਲਾ ਦੇਊ ਨੈਸ਼ਨਲ ਪਾਰਕ ਕਾ ਕੁੰਬਲਗੜ ਨੈਸ਼ਨਲ ਪਾਰਕ ਕਾ ਮੁਕੁੰਦਰਾ ਨੈਸ਼ਨਲ ਪਾਰਕ ਕਾ ਡੇਜ਼ਰਟ ਨੈਸ਼ਨਲ ਪਾਰਕ ਕਾ ਰੰਥੋਂਮਵਰ ਨੈਸ਼ਨਲ ਪਾਰਕ ਕਾ ਸਾਰਿਸਕਾ ਨੈਸ਼ਨਲ ਪਾਰਕ ਕਾ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜਾ ਰਾਜਸਥਾਨ ਹਾਲ ਹੀ ਵਿੱਚ ਦੁਨੀਆ ਦਾ ਪਹਿਲਾ 3D ਪ੍ਰਿੰਟਡ ਹਿੰਦੂ ਮੰਦਿਰ ਕਿਸ ਰਾਜ ਵਿੱਚ ਬਣਾਇਆ ਗਿਆ ਹਾਂਜੀ ਦੁਨੀਆ ਦਾ ਪਹਿਲਾ 3D ਪ੍ਰਿੰਟਡ ਹਿੰਦੂ ਮੰਦਿਰ ਤੇਲੰਗਾਨਾ ਦੇ ਵਿੱਚ ਬਣਾਇਆ ਗਿਆ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਤੇਲੰਗਾਨਾ ਹੁਣ ਤੇਲੰਗਾਨਾ ਦੇ ਵਿੱਚ ਬਣਾਇਆ ਗਿਆ ਦੇਖੋ 3D ਪ੍ਰਿੰਟਡ ਮੰਦਿਰ ਜਿਹੜਾ ਕਿ ਤੇਲੰਗਾਨਾ ਦੇ ਵਿੱਚ ਬਣਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਤੇਲੰਗਾਨਾ ਦੀ ਕੈਪੀਟਲ ਕੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਦੇ ਲਈ ਤੇਲੰਗਾਨਾ ਦੀ ਕੈਪੀਟਲ ਆ ਹੈਦਰਾਬਾਦ ਇੱਥੋਂ ਦੇ ਚੀਫ ਮਿਨਿਸਟਰ ਆ ਕੇ ਚੰਦਰ ਸੇਖਰ ਆ ਤੇ ਇੱਥੋਂ ਦੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤੇਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ ਆ ਪਾਰਕ ਵਾਈਲਡਲਾਈਫ ਸੈਂਚਰੀ ਆ ਪਾਥਲ ਵਾਈਲਡਲਾਈਫ ਸੈਂਚਰੀ ਆ ਕਾਵਲਾ ਵਾਈਲਡਲਾਈਫ ਸੈਂਚਰੀ ਆ ਤੇਲੰਗਾਨਾ ਸਰਕਾਰ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਛੁਡਾਓ ਕੇਂਦਰ ਖੋਲਣ ਦਾ ਐਲਾਨ ਕੀਤਾ ਤੇਲੰਗਾਨਾ ਨੇ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੀ 100% ਕਵਰੇਜ ਪ੍ਰਾਪਤ ਕੀਤੀ ਤੇਲੰਗਾਨਾ ਸਰਕਾਰ ਨੇ ਔਰਤਾਂ ਦੇ ਲਈ ਕੰਮ ਕਰਨ ਵਾਲੀ ਸੁਰੱਖਿਆਤ ਬਣਾਉਣ ਲਈ ਕੰਮ ਕਰਨ ਵਾਲੀ ਜਗ੍ਹਾ ਨੂੰ ਸੁਰੱਖਿਆਤ ਬਣਾਉਣ ਦੇ ਲਈ ਇੱਕ ਪਹਿਲ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਆ ਸਾਹਸ ਤਲੰਗਾਨਾ ਦੇ ਮੁੱਖ ਮੰਤਰੀ ਨੇ ਗੀਤਾ ਕਰਮੀ ਕੁਲਾ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਦੁਨੀਆ ਦਾ ਸਭ ਤੋਂ ਵੱਧ ਸਮੇਂ ਦਾ ਪਵਨ ਹਵਾਈ ਅੱਡਾ ਜੀਐਮਆਰ ਹੈਦਰਾਬਾਦ ਅੱਡਾ ਬਣਿਆ ਤਲੰਗਾਨਾ ਨੇ ਸਟੇਟ ਰੋਬੋਟਿਕਸ ਫਰੇਮਵਰਕ ਲਾਂਚ ਕੀਤਾ ਤਲੰਗਾਨਾ ਦੇ ਮੁੱਖ ਮੰਤਰੀ ਨੇ ਹਰੀਕ੍ਰਿਸ਼ਨਾ ਹੈਰੀਟੇਜ ਟ੍ਰੈਵਰ ਦਾ ਨੀ ਪੱਥਰ ਰੱਖਿਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਪੀਐਮ ਸਵਾਨidhi ਮੋਬਾਈਲ ਐਪ ਲਾਂਚ ਕੀਤਾ ਹਾਂਜੀ ਪੀਐਮ ਸਵਾਨidhi ਮੋਬਾਈਲ ਐਪ ਲਾਂਚ ਕੀਤਾ ਹਰਦੀਪ ਸਿੰਘ ਪੁਰੀ ਨੇ ਇਹ ਸਾਡੇ ਕੇਂਦਰੀ ਮੰਤਰੀ ਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਦੀ ਲਿਖੀ ਕਿਤਾਬ ਹਾਲ ਹੀ ਵਿੱਚ ਕਿਸ ਦੀ ਕਿਤਾਬ ਰਿੰਗ ਸਾਈਡ ਰਿਲੀਜ਼ ਹੋਈ ਹੈ ਹਾਂਜੀ ਰਿੰਗ ਸਾਈਡ ਇਹ ਬੁੱਕ ਹੈਗੀ ਆ ਵਿਜੇ ਦਰਦਾ ਦੀ ਡਾਕਟਰ ਵਿਜੇ ਦਰਦਾ ਨੇ ਇਸ ਨੂੰ ਲਿਖਿਆ ਰਿੰਗ ਸਾਈਡ ਤੇ ਇਸ ਨੂੰ ਰਿਲੀਜ਼ ਕੀਤਾ ਸਸੀ ਤਰੂਰ ਨੇ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਵਿਜ਼ੇ ਦਰਦਾ ਹੁਣ ਇੱਕ ਬੁੱਕ ਦੀ ਗੱਲ ਕੀਤੀ ਆ ਤਾਂ ਬੁੱਕ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਅਦਿੱਤਿਆ ਪੂਸ਼ਨ ਦੀ ਬੁੱਕ ਆ ਇੱਕ ਗੈਟਸ ਐਨ ਐਮਾਈਟ ਬਲੱਡ ਬਾਥ ਦਾ ਅਨਸ਼ੂਮਨ ਗਾਇਕਬੜ ਨੈਰੇਟਿਵ ਰਿਲੀਜ਼ ਹੋਈ ਅਦਿੱਤਿਆ ਪੂਸ਼ਨ ਦੀ ਇੱਕ ਬੁੱਕ ਆ ਜਿਸ ਦਾ ਨਾਮ ਆ ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਰਿਪੀਟ ਹੋ ਗਿਆ ਏ ਸ਼ਕਨ ਬੌਂਡ ਨੇ ਦਾ ਗੋਲਡਨ ইयर्स ਪੁਸਤਕ ਲਿਖੀ ਆ ਗੌਰੀ ਖਾਨ ਨੇ ਇੱਕ ਨਵੀਂ ਕਿਤਾਬ ਮਾਈ ਲਾਈਫ ਇਨ ਡਿਜ਼ਾਈਨ ਲਾਂਚ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਐਡਗਰਸ ਰਿੰਕੇਵਿਕ ਨੂੰ ਕਿਸ ਦੇਸ਼ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹਾਂਜੀ ਐਡਗਰਸ ਰਿੰਕੇਵਿਕ ਇਹਨਾਂ ਨੂੰ ਲਾਤਵੀਆ ਦੇ ਪ੍ਰੈਜ਼ੀਡੈਂਟ ਚੁਣਿਆ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਅਸੀਂ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਆ ਤਾਂ ਰੀਸੈਂਟਲੀ ਤਯਾਬ ਐਰਦੁਗਨ ਨੂੰ ਤੁਰਕੀ ਦੇ ਰਾਸ਼ਟਰਪਤੀ ਵਜੋਂ ਚੁਣਿਆ ਗਿਆ ਯੂਨਿਸ ਸ਼ਰਮਾਸ ਯੂਨਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਚੁਣੇ ਗਏ ਲੁਡੋਵਿਟ ਉਡੋਰ ਨੇ ਸੋਲਵਾਕੀਆ ਦੇ ਕੇਅਰ ਟੇਕਰ ਪ੍ਰਧਾਨ ਮੰਤਰੀ ਦਾ ਆਉਂਦਾ ਸੰਭਾਲਿਆ ਸੈਂਟੀਆਗੋ ਪੈਨਾ ਨੇ ਪੈਰਾਗੁਏ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਮੀਗੁਐਲ ਡਾਈਸਕੈਨ ਕੈਨਲ ਕਿਊਬਾ ਦੇ ਰਾਸ਼ਟਰਪਤੀ ਮਹਿਲ ਵਿੱਚ ਦੂਜੀ ਵਾਰ ਚੁਣੇ ਗਏ ਹਾਂਜੀ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਮੀਗੁਐਲ ਡਾਈਸਕੈਨ ਇਹ ਕਿਊਬਾ ਦੇ ਦੂਜੀ ਵਾਰ ਪ੍ਰੈਜ਼ੀਡੈਂਟ ਚੁਣੇ ਗਏ ਆ ਨੈਕਸਟ ਹੈ ਹਾਲ ਹੀ ਵਿੱਚ ਕਿਹੜੀ IIT ਨੇ ਪੈਟਰੋਲੀਅਮ ਇੰਜੀਨੀਅਰਿੰਗ ਲਈ HCL Tech ਨਾਲ ਸਮਝੌਤਾ ਕੀਤਾ ਹਾਂਜੀ ਰੀਸੈਂਟਲੀ IIT ਖੜਗਪੁਰ ਨੇ ਪੈਟਰੋਲੀਅਮ ਇੰਜੀਨੀਅਰਿੰਗ ਲਈ HCL Tech ਨਾਲ ਸਮਝੌਤਾ ਕੀਤਾ অপਸ਼ਨ B ਇਸ ਦਾ ਰਾਈਟ ਆਨਸਰ IIT ਖੜਗਪੁਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਆਪਾਂ IIT ਦੀ ਗੱਲ ਕੀਤੀ ਆ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਕਿ ਤੰਜ਼ਾਨੀਆ ਦੇ ਵਿੱਚ ਖੁੱਲਣ ਵਾਲਾ ਪਹਿਲਾ IIT ਮਦਰਾਸ ਕੈਂਪ ਆ ਜਿਹੜਾ ਇਹ ਖੋਲਿਆ ਜਾਵੇਗਾ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਹੀ IIT ਆ ਜਿਹੜੀਆਂ ਖੁੱਲ ਪੂਰਾ ਇੰਡੀਆ ਆਪਾਂ ਕਹਿ ਸਕਦੇ ਆ ਕਿ ਸਾਡਾ ਦੇਸ਼ ਭਾਰਤ ਹੀ ਇਸ ਤਰ੍ਹਾਂ ਦਾ ਦੇਸ਼ ਆ ਜਿੱਥੇ IIT ਕੈਂਪਸ ਆ ਤੇ ਹੋਰ ਕਿਸੇ ਵੀ ਦੇਸ਼ ਦੇ ਵਿੱਚ ਕੋਈ ਕੈਂਪ ਨਹੀਂਗਾ IIT ਦਾ ਤੇ IIT ਮਦਰਾਸ ਆਪਣਾ ਕੈਂਪ ਤੰਜ਼ਾਨੀਆ ਦੇ ਵਿੱਚ ਹੁਣ ਖੋਲਣ ਜਾ ਰਿਹਾ ਆ ਠੀਕ ਹੈ ਤੇ ਇਜ਼ਰਾਈਲ ਅਤੇ ਭਾਰਤ ਨੇ ਆਈਆਈਟੀ ਮਦਰਾਸ ਵਿਖੇ ਜਲ ਟੈਕਨੋਲੋਜੀ ਕੇਂਦਰ ਸਥਾਪਿਤ ਕਰਨ ਲਈ ਸਾਂਝੇਦਾਰੀ ਕੀਤੀ Google IIT Madras Artificial Intelligence ਖੋਜ ਕੇਂਦਰ ਵਿੱਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ IIT मद्रास ਨੇ ਪਾਣੀ ਦੇ ਅੰਦਰ ਸੰਚਾਰ ਲਈ ਟੈਕਨੋਲੋਜੀ ਵਿਕਸਿਤ ਕਰਨ ਲਈ DRDO ਨਾਲ ਸਾਂਝੇਦਾਰੀ ਕੀਤੀ। IIT ਕਾਨਪੁਰ ਨੇ ਸਾਈਬਰ ਸੁਰੱਖਿਆ ਹੁਨਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਨੈਕਸਟ ਹਾਲ ਹੀ ਵਿੱਚ ਮਹਿਲਾ ਕਵਰਡੀ ਲੀਗ ਕਿੱਥੇ ਕਰਵਾਈ ਜਾਵੇਗੀ? ਹਾਂਜੀ ਮਹਿਲਾ ਕਵਰਡੀ ਲੀਗ ਆ ਜਿਹੜੀ ਇਹ ਕਿੱਥੇ ਕਰਵਾਈ ਜਾਵੇਗੀ? ਦੁਬਈ ਦੇ ਵਿੱਚ ਬਹੁਤ ਇੰਪੋਰਟੈਂਟ ਆਹੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਮਹਿਲਾ ਕਵਰਡੀ ਲੀਗ ਆ ਜਿਹੜੀ ਇਹ ਦੁਬਈ ਦੇ ਵਿੱਚ ਹੋਵੇਗੀ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਹਾਕੀ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ ਹਾਕੀ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਜਿੱਤਿਆ ਤੇ ਹੋਈਆਂ ਕਿੱਥੇ ਨੇ ਖੇਡਾਂ ਉਮਾਨ ਦੇ ਸਲਾਹਾ ਦੇ ਵਿੱਚ ਹੋਈਆਂ অপশন ਨੰਬਰ B ਇਜ਼ ザ राइट आंसर पाकिस्तान सॉरी A ਇਜ਼ ザ राइट आंसर ਭਾਰਤ ਕਿਉਂਕਿ ਭਾਰਤ ਨੇ ਪਾਕਿਸਤਾਨ ਨੂੰ 2-1 ਦੇ ਨਾਲ ਹਰਾ ਕੇ ਹਾਕੀ ਜ਼ੋਨਰ এਸ਼ੀਆ ਕੱਪਾ ਜਿਹੜਾ ਇਹ ਜਿੱਤਿਆ ਹੁਣ ਅਸੀਂ ਭਾਰਤ ਦੀ ਗੱਲ ਕੀਤੀ ਹੈ ਤਾਂ ਭਾਰਤ ਦੀ ਕੈਪੀਟਲ ਕੀ ਹੈ ਨਵੀਂ ਦਿੱਲੀ ਨਵੀਂ ਦਿੱਲੀ ਭਾਰਤ ਦੀ ਕੈਪੀਟਲ ਕਦੋਂ ਬਣੀ 1911 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਤੇ ਪ੍ਰੈਜ਼ੀਡੈਂਟ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤ ਨੇ CEVA ਮਹਿਲਾ ਚੈਲੰਜ ਕੱਪ 2023 ਦਾ ਖਿਤਾਬ ਜਿੱਤਿਆ ਭਾਰਤ ਉਹਨਾਂ 10 ਦੇਸ਼ਾਂ ਦੀ ਸੂਚੀ ਵਿੱਚ ਸਿਖਰ ਤੇ ਰਿਹਾ ਜਿਹੜੀ ਕਿ ਵਿਸ਼ਵ ਵਿਆਪੀ ਮਾਮਾ ਦੀ ਮੌਤ ਦਾ 60% ਹਿੱਸਾ ਰਹੀ ਆ ਭਾਰਤ ਨੇ శ్రీలంਕਾ ਦੇ ਸੈਰਸਪਾਟਾ ਖੇਤਰ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤ ਨੇ ਮਿਆਂਮਾਰ ਵਿੱਚ ਸਿਟਵੇਂ ਪੋਰਟ ਦਾ ਸੰਚਾਲਨ ਸ਼ੁਰੂ ਕਰ ਦਿੱਤਾ। ਭਾਰਤ ਆਈਸੀਸੀ ਪੁਰਸ਼ਾਂ ਦੀ ਟੈਸਟ ਟੀਮ ਰੈਂਕਿੰਗ ਦੇ ਵਿੱਚ ਨੰਬਰ 1 ਟੀਮ ਬਣਿਆ। ਭਾਰਤ ਯੂਰਪ ਵਿੱਚ ਰਿਫਾਈਨਡ ਇਤਨ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਬਣਿਆ। ਭਾਰਤ ਯੂਰਪ ਵਿੱਚ ਰਿਫਾਈਨਡ ਇਤਨ ਦਾ ਸਭ ਤੋਂ ਵੱਡਾ ਸਪਲਾਈਅਰ ਬਣਿਆ ਤੇ ਭਾਰਤ ਵਿੱਤੀ ਫਰੇਮਵਰਕ ਸੁਧਾਰਾਂ ਦੇ ਕਾਮਨ ਬੈਲਟ ਗਰੁੱਪ ਦੀ ਪ੍ਰਧਾਨਗੀ ਕਰੇਗਾ। this is dgca ਦੀ ਰਿਪੋਰਟ ਮੁਤਾਬਕ ਦੁਨੀਆ ਵਿੱਚ ਸਭ ਤੋਂ ਵੱਧ ਔਰਤਾਂ ਪਾਇਲਟ ਹਨ ਨੈਕਸਟ ਹੈ ਹਾਲ ਹੀ ਵਿੱਚ ਤੇਲੰਗਾਨਾ ਸਥਾਪਨਾ ਦੇ ਕਦੋਂ ਬਣਿਆ ਹਾਲੇ ਹੀ ਵਿੱਚ తెలంగాణਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਹੈ ਹਾਂਜੀ తెలంగాణਾ ਸਥਾਪਨਾ ਦਿਵਸ 2 ਜੂਨ ਨੂੰ ਮਨਾਇਆ ਗਿਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ 2 ਜੂਨ 2014 ਨੂੰ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋ ਕੇ ਨਵਾਂ ਰਾਜ ਬਣਿਆ ਸੀ తెలంగాణਾ ਤੇ ਹੁਣ తెలంగాణਾ ਸਥਾਪਨਾ ਦਿਵਸ ਹਰ ਇੱਕ ਸਾਲ 2 ਜੂਨ ਨੂੰ ਮਨਾਇਆ ਜਾਂਦਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ తెలంగాణਾ ਭਾਰਤ ਦਾ ਨਮਰਾਜ ਨਮਰਾਜ ਦਾ ਮਤਲਬ ਕੀ ਹੈ 28ਵਾਂ ਰਾਜਾ ਠੀਕ ਹੈ ਨੈਕਸਟ ਹੈ ਜੀ ਹਾਲ ਹੀ ਵਿੱਚ ਵਿਕਾਸ ਵਿਸਕਾਮ 2023 ਕਿੱਥੇ ਮਨਾਇਆ ਜਾਵੇਗਾ ਹਾਂਜੀ ਵਿਕਾਸ ਵਿਸਕਾਮ ਦੇਖੋ ਤਮੀ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਪੁੱਤਰ ਦਾ ਕਾਰਤਿਕਿਆ ਠੀਕ ਹੈ ਤੇ ਇਹਨਾਂ ਨੂੰ ਸਾਊਥ ਇੰਡੀਆ ਦੇ ਵਿੱਚ ਭਗਵਾਨ ਮੁਰਗਮ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਭਗਵਾਨ ਮੁਰਗਣ ਦੇ ਜਨਤੀ ਹੁੰਦੀ ਆ ਵਿਕਾਸ ਵਿਕਾਸ ਵਿਸਕਾਮ ਤੇ ਵਿਕਾਸ ਵਿਸਕਾਮ 2023 ਤਾਮਿਲਨਾਡੂ ਦੇ ਵਿੱਚ ਮਨਾਇਆ ਜਾਂਦਾ অপশন সি ইজ দা রাইট आंसर। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਹੈ ਜੀ। ਹੁਣ ਤਾਮਿਲਨਾਡੂ ਦੀ ਗੱਲ ਕੀਤੀ ਆ ਤਾਂ ਤਾਮਿਲਨਾਡੂ ਦੀ ਕੈਪੀਟਲ ਕੀ ਆ? ਚੇਨਈ। ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ? ਐਮ ਕੇ ਸਟਾਲਿਨ। ਤੇ ਜਿਹੜੇ ਵੀ ਸਟੂਡੈਂਟਸ ਨੂੰ ਤਾਮਿਲਨਾਡੂ ਦੀ ਗਵਰਨਰ ਬਾਰੇ ਪਤਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਉਹ। ਤਾਮਿਲਨਾਡੂ ਦੇ ਗਵਰਨਰ ਆਰਨ ਰਵੀ। ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ, ਗਿੰਡੀ ਨੈਸ਼ਨਲ ਪਾਰਕ ਆ, ਇੰਦਰਾ ਗਾਂਧੀ ਨੈਸ਼ਨਲ ਪਾਰਕ ਆ। ਅੰਨਾ ਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵ ਆ ਇਸ ਨੂੰ TX2 ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਤਾਮਿਲਨਾਡੂ ਦੇ ਵਿੱਚ ਚੈਂਬਰ ਮਮਕਮ ਝੀਲ ਆ ਉਲਟੀ ਝੀਲ ਆ ਕਾਲੀ ਬੈਲੀ ਝੀਲ ਆ ਪੋਲਿਕਟ ਝੀਲ ਆ ਕੋਲਾਵਈ ਝੀਲ ਆ ਸੋਲਾਪਰਮ ਝੀਲ ਆ ਵੀਰਨਮ ਝੀਲ ਆ ਕੋੜੇਕਨਾਲ ਝੀਲ ਆ ਰੈੱਡ ਹਿਲਸ ਝੀਲ ਆ ਅੰਬਤੂਰ ਝੀਲ ਆ ਸਿੰਘਾ ਨਲੂਰ ਝੀਲਾ ਮੱਛੀ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਤਮਿਲਨਾਡੂ ਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਆਟੋਮੋਬਾਈਲ ਪਲਾਂਟ ਲਈ ਜਾਪਾਨ ਨਾਲ ਸਮਝੌਤਾ ਕੀਤਾ ਤਮਿਲਨਾਡੂ ਵਿੱਚ ਭਾਰਤ ਦੇ ਸਭ ਤੋਂ ਵੱਡੇ ਸਕਾਈਵਾਕ ਪੁਲ ਦਾ ਉਦਘਾਟਨ ਕੀਤਾ ਗਿਆ ਆਰਬੀਆਈ ਦੇ ਅਨੁਸਾਰ ਤਮਿਲਨਾਡੂ ਲਗਾਤਾਰ ਤੀਜੇ ਸਾਲ ਬਾਜ਼ਾਰ ਉਧਾਰ ਲੈਣ ਵਿੱਚ ਟੌਪ ਤੇ ਰਿਹਾ ਤਮਿਲਨਾਡੂ ਦੇ ਮਨਮਾਦੁਰਾਈ ਮਿੱਟੀ ਦੇ ਬਰਤਨ ਨੂੰ ਜੀਆਈ ਟੈਗ ਮਿਲਿਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਪ੍ਰਧਾਨਗੀ ਕੀਤੀ ਹਾਂਜੀ ਵਰਲਡ ਮੌਸਮ ਵਿਗਿਆਨ ਸੰਗਠਨ ਦੀ ਪ੍ਰਧਾਨਗੀ ਕੀਤੀ ਹੈ ਯੂਏਈ ਨੇ অপਸ਼ਨ ਬੀ ਇਜ਼ ザ राइट आंसर ਹੁਣ ਪ੍ਰਧਾਨਗੀ ਯੂਏਈ ਨੇ ਕੀਤੀ ਹੈ ਤੇ ਇਸ ਦੀ ਕੈਪੀਟਲ ਕੀ ਆ ਅਬੂ ਧABI ਇਥੋਂ ਦੀ ਕਰੰਸੀ ਹੈ ਯੂਏਈ ਦਿਰਹਮ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜਿਆਤ ਅਲਨੇਹਾ ਦੇ ਯੂਏਈ ਦੇ ਵਿੱਚ ਸਾਰਜਾਹ ਪੁਲਿਸ ਨੇ ਸਟੇ ਇਨ ਯੂਅਰ ਲੈਂਡ ਮਹਿੰਦ ਦੀ ਸ਼ੁਰੂਆਤ ਕੀਤੀ ਯੂਏਈ ਸਰਕਾਰ ਨੇ ਮਸ਼ੀਨਾ ਕੈਂਸੀ 2023 ਸਮੇਲਨ ਦੀ ਸ਼ੁਰੂਆਤ ਕੀਤੀ ਸਾਰਜਾਹ ਸਟੇਡੀਅਮ ਦਾ ਇੱਕ ਸਟੈਂਡ ਸਚਿਨ ਤਿੰਦਲੁਕਰ ਦੇ ਨਾਮ ਤੇ ਰੱਖਿਆ ਗਿਆ ਯੂਏਈ ਨੇ 1 ਬਿਲੀਅਨ ਮੀਲ ਐਂਡੋਮੈਂਟ ਮਹਿੰਦ ਦੀ ਸ਼ੁਰੂਆਤ ਕੀਤੀ ਐਮੀਰਾਟਸ 에ਅਰਲਾਈਨ ਸਭ ਤੋਂ ਵੱਡੀ ਵਿਦੇਸ਼ੀ 에ਅਰਲਾਈਨ ਬਣ ਕੇ ਉੱਭਰੀਆ ਨੈਕਸਟ ਹੈ ਹਾਲ ਹੀ ਵਿੱਚ ਫੁਕੋਟ ਕਰਨਾਈ ਕਰਨਾਲੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲਈ ਭਾਰਤ ਕਿਸ ਦੇਸ਼ ਦੇ ਨਾਲ ਐਮਓਯੂ ਤੇ ਦਸਖਤ ਕਰੇਗਾ ਦੇਖੋ ਫੁਕੋਟ ਫੁਕੋਟ ਕਰਨਾਲੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਸ ਦੇ ਲਈ ਭਾਰਤ ਨੇਪਾਲ ਦੇ ਨਾਲ ਐਮਓਯੂ ਤੇ ਦਸਖਤ ਕਰੇਗਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇੱਕ ਹੁੰਦਾ ਐਮਓਯੂ ਤੇ ਇੱਕ ਹੁੰਦਾ ਐਮਓਏ ਐਮਓਯੂ ਹੁੰਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਐਂਡ ਐਮਓਏ ਦਾ ਮਤਲਬ ਆ ਮੈਮੋਰੈਂਡਮ ਆਫ ਐਸੋਸੀਏਸ਼ਨ ਜਦੋਂ ਕਿਸੇ ਦੇਖੋ ਜਦੋਂ ਦੋ ਦੇਸ਼ਾਂ ਦੇ ਵਿੱਚ ਘਾਰ ਜਾਂ ਆਪਾਂ ਗੱਲ ਕਰਦੇ ਆ ਇੰਟਰਨੈਸ਼ਨਲ ਲੈਵਲ ਤੇ ਵੀ ਜਦੋਂ ਕਿਸੇ ਕਿਸੇ ਵੀ ਗੱਲ ਤੇ ਕੋਈ ਵੀ ਪ੍ਰੋਜੈਕਟ ਹੈ ਜਿਹੜਾ ਇਨੀਸ਼ੀਅਲ ਸਟੇਜ ਦੇ ਵਿੱਚ ਚੱਲ ਰਿਹਾ ਹੁੰਦਾ ਉਸ ਸਮੇ ਐਮਓਯੂ ਸਾਈਨ ਹੁੰਦੇ ਆ ਠੀਕ ਹੈ ਪਰ ਜਦੋਂ ਕਨਫਰਮ ਹੋ ਜਾਂਦਾ ਫਾਈਨਲ ਹੋ ਜਾਂਦਾ ਤਾਂ ਉਸ ਸਮੇ ਐਮਓਏ ਸਾਈਨ ਹੁੰਦਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਸਾਂਝੇਦਾਰੀਆਂ ਨੇਪਾਲ ਦੇ ਨਾਲ ਹੋਈ ਆ ਤਾਂ ਨੇਪਾਲ ਦੀ ਕੈਪੀਟਲ ਕੀ ਆ ਕਾਟਮਾਂਡੂ ਇੱਥੋਂ ਦੀ ਕਰੰਸੀ ਆ ਨੇਪਾਲੀ ਰੁਪਇਆ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲਦਾਹ ਪ੍ਰਚੰਡ ਅਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਰਾਮਚੰਦਰ ਪੌਂਡੇਲ ਵਾਈਸ ਪ੍ਰੈਜ਼ੀਡੈਂਟ ਆ ਰਾਮ ਸਹਾਇ ਪ੍ਰਸ਼ਾਦ ਤੇ ਨੇਪਾਲ ਦੇ ਪ੍ਰਾਈਮ ਮਿਨਿਸਟਰ ਇੰਡੀਆ ਆਏ ਹੋਏ ਆ ਇੱਥੇ ਹੀ ਇਹ ਐਮਓਯੂ ਆ ਜਿਹੜੇ ਨਵੀਂ ਦਿੱਲੀ ਦੇ ਵਿੱਚ ਸਾਈਨ ਹੋਏ ਆ ਨੇਪਾਲ ਦੇ ਵਿੱਚ ਭੋਟੋ ਯਾਤਰਾ ਤਿਹਾਰ ਮਨਾਇਆ ਜਾਂਦਾ 2025 ਨੂੰ ਨੇਪਾਲ ਦੇ ਵਿੱਚ ਵਿਸ਼ੇਸ਼ ਸੈਰਸਪਾਟਾ ਸਾਲਵਜੋ ਮਨਾਇਆ ਗਿਆ। ਨੇਪਾਲ ਨੇ ACC ਪੁਰਸ਼ ਪ੍ਰੀਮੀਅਰ ਕੱਪ ਜਿੱਤੇ ਆ। ਨੇਪਾਲ ਦੇ ਵਿੱਚ ਜੀਤ ਗੜੀ ਤਿਹਾੜ ਮਨਾਇਆ ਗਿਆ। ਨਰਾਇਣ ਪ੍ਰਸ਼ਾਦ ਸੋਦ ਨੇ ਨੇਪਾਲ ਦੇ ਨਵੇਂ ਵਿਦੇਸ਼ ਮੰਤਰੀ ਵਜੋਂ ਅਹੁਦਾ ਸੰਭਾਲਿਆ। ਨੇਪਾਲ ਅੰਤਰਰਾਸ਼ਟਰੀ ਬਿਗ ਕੈਟ ਲਾਇਨਸ ਦਾ ਸੰਸਥਾਪਕ ਮੈਂਬਰ ਬਣਿਆ। ਨੇਪਾਲ ਅੰਤਰਰਾਸ਼ਟਰੀ ਬਿਗ ਕੈਟ ਲਾਇਨਸ ਦਾ ਸੰਸਥਾਪਕ ਮੈਂਬਰ ਬਣਿਆ। ਨੈਕਸਟ ਹੈ